ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਪ੍ਰੋਗਰਾਮ ਵਿੱਚ ਹੋਏਗੀ ਤੇ ਸਾਰੀ ਜਾਣਕਾਰੀ ਉਹਨਾਂ ਸਾਰੇ ਸਟੂਡੈਂਟਸ ਲਈ ਜੋ ਵਿਦੇਸ਼ ਜਾਣਾ ਚਾਹੁੰਦੇ ਨੇ ਚਾਹੇ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਕਿਸੇ ਵੀ ਕੰਟਰੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਪਰ ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਧਿਆਨ ਅੱਜ ਦੇ ਸਬੰਧ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਉਹਨਾਂ ਸਭ ਗੱਲਾਂ ਦੇ ਉੱਪਰ ਅੱਜ ਚਰਚਾ ਕਰਾਂਗੇ ਸੋ ਇਹ ਸ਼ੋ ਪੂਰਾ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਧਿਆਨ ਨਾਲ ਦੇਖਣਾ ਤੇ ਸੁਣਨਾ ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਜੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਮੈਮ ਜੀ ਸਤਿ ਸ਼੍ਰੀ ਅਕਾਲ ਸਰ ਜੀ ਅਗਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅਸੀਂ ਹੋਰ ਵੀ ਵੀਜ਼ਾ ਐਕਸਪਰਟਸ ਨੂੰ ਬੁਲਾਉਂਦੇ ਆ ਜਿਨ੍ਹਾਂ ਤੋਂ ਸੁਣਨ ਨੂੰ ਮਿਲਦਾ ਕਿ ਵਾਕਈ ਜੋ ਸਟੂਡੈਂਟਸ ਨੇ ਅੱਜ ਦੇ ਟਾਈਮ ਵਿੱਚ ਬਹੁਤ ਕਨਫਿਊਜ਼ ਨੇ ਤੇ ਆਪਾਂ ਸਭ ਤੋਂ ਪਹਿਲਾਂ ਕੈਨੇਡਾ ਦੀ ਹੀ ਗੱਲ ਕਰੀਏ ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹੁੰਦੇ ਨੇ ਅਸੀਂ ਸਾਰੇ ਜਾਣਦੇ ਕਿ ਹੁਣ ਜਿਹੜੇ ਪਲੱਸ 2 ਦੇ ਸਟੂਡੈਂਟਸ ਨੇ ਉਹਨਾਂ ਦੇ ਜੋ ਐਗਜ਼ਾਮਸ ਵੀ ਡਿਲੇ ਹੋ ਰਹੇ ਨੇ ਤੇ ਹੁਣ ਕੀ ਉਹਨਾਂ ਨੂੰ ਕਰਨਾ ਚਾਹੀਦਾ ਕਿਵੇਂ ਆਪਣੇ ਆਪ ਨੂੰ ਪਹਿਲਾਂ ਤੋਂ ਪ੍ਰੀਪੇਅ ਬਿਲਕੁਲ ਮੈਮ ਜਿਵੇਂ ਸਭ ਤੋਂ ਪਹਿਲਾਂ ਬੱਚਾ ਜਿਹੜਾ ਪਲੱਸ 2 ਪਾਸ ਹੁੰਦਾ ਹੈ ਉਹਦੀ ਡ੍ਰੀਮ ਡੈਸਟੀਨੇਸ਼ਨ ਜਿਹੜੀ ਹੈਗੀ ਕੈਨੇਡਾ ਨੂੰ ਹੀ ਮੰਨਿਆ ਜਾ ਰਿਹਾ ਹਰ ਇੱਕ ਵਿਦਿਆਰਥੀ ਜਿਹੜਾ ਹੈਗਾ ਅਜ਼ ਦਿ ਟਾਈਮ ਪਲੱਸ 2 ਕਰਕੇ ਕੈਨੇਡਾ ਜਾਣਾ ਚਾਹੁੰਦਾ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਦੇ ਸੀ ਬੱਚੇ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਆਪਣੇ ਪੰਜਾਬ ਦੇ ਵਿੱਚ ਹੀ ਲੈਂਦੇ ਸੀ ਜਾਂ ਇੰਡੀਆ ਦੇ ਵਿੱਚ ਹੀ ਲੈਂਦੇ ਸੀ ਗ੍ਰੈਜੂਏਸ਼ਨ ਤੋਂ ਬਾਅਦ ਵਿਦਿਆਰਥੀ ਸੋਚਦਾ ਸੀ ਵੀ ਹੁਣ ਆਪਾਂ ਕੈਨੇਡਾ ਆਸਟ੍ਰੇਲੀਆ ਜਾ ਕੇ ਪੜੀਏ ਬਟ ਅੱਜ ਦਾ ਜਿਹੜਾ ਰੁਝਾਨ ਹੈਗਾ ਉਹ ਬਿਲਕੁਲ ਚੇਂਜ ਹੋ ਗਿਆ ਹੈ ਅਜ਼ ਦਿ ਟਾਈਮ ਵਿਦਿਆ ਮਰੇ ਤਕਰੀਬਨ ਆਪਾਂ ਮੈਂ ਗੱਲ ਕਰੀਏ 80 ਤੋਂ 90% ਵਿਦਿਆਰਥੀ ਜਿਹੜਾ ਹੈਗਾ ਉਹ ਪਲੱਸ 2 ਤੋਂ ਬਾਅਦ ਬਾਹਰ ਜਾ ਕੇ ਹੀ ਪੜਨਾ ਆਪਣਾ ਚਾਹੁੰਦਾ ਆ ਜਾਂ ਸੈਟਲ ਹੋਣਾ ਚਾਹੁੰਦਾ ਆ ਕੁਝ ਵਿਦਿਆਰਥੀਆਂ ਦੇ ਸੁਪਨੇ ਪੂਰੇ ਹੁੰਦੇ ਆ ਜੀ ਕੁਝ ਵਿਦਿਆਰਥੀਆਂ ਦੇ ਸੁਪਨੇ ਨਹੀਂ ਪੂਰੇ ਹੁੰਦੇ ਇਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਕਈ ਵਿਦਿਆਰਥੀਆਂ ਦੇ ਬੈਂਡ ਸਕੋਰ ਕੱਟ ਆ ਜਾਂਦੇ ਆ ਜਾਂ ਬੈਂਡ ਨਹੀਂ ਪ੍ਰੋਪਰ ਆ ਰਹੇ ਹੈਗੇ ਜਾਂ ਕਈ ਵਿਦਿਆਰਥੀ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਕਿਸੇ ਗਲਤ ਏਜੰਟ ਦੀਆਂ ਗੱਲਾਂ ਸੁਣ ਕੇ ਉਹ ਗਲਤ ਪ੍ਰੋਸੈਸ ਦੇ ਵਿੱਚ ਚਲੇ ਜਾਂਦੇ ਨੇ ਜਿਸ ਕਰਕੇ ਉਹਨਾਂ ਦੇ ਸੁਪਨੇ ਟੁੱਟਦੇ ਆ ਅੱਜ ਇਹ ਸ਼ੋਅ ਖਾਸ ਉਹਨਾਂ ਵਿਦਿਆਰਥੀਆਂ ਦੇ ਲਈ ਹੈਗਾ ਜਿਹੜੇ ਇੱਕ ਸਾਫ਼ ਸੋਤਰੇ ਅਤੇ ਸੁਚੱਜੇ ਢੰਗ ਦੇ ਨਾਲ ਆਪਣਾ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ ਅਤੇ ਇਅਰ ਤੱਕ ਦਾ ਜਿਹੜਾ ਸਫਰ ਹੈਗਾ ਉਹ ਹਾਸਲ ਕਰਨਾ ਚਾਹੁੰਦੇ ਨੇ ਸੋ ਅਸ ਏ ਟਾਈਮ ਐਮ ਸਟੂਡੈਂਟ ਜਿਹੜਾ ਹੈਗਾ ਉਹ ਕਾਫੀ ਇਕੱਠਾ ਹੋ ਚੁੱਕਿਆ ਹੈ ਜਿਵੇਂ ਕੋਵਿਡ ਕਰਕੇ ਤਕਰੀਬਨ 2-3 ਸਾਲ ਜਿਹੜੇ ਹੋ ਗਏ ਆ ਹਲੇ ਪ੍ਰੋਪਰ ਸਟੂਡੈਂਟਸ ਜਿਹੜੇ ਹੈਗੇ ਉਹ ਨਹੀਂ ਜਾ ਪਾਏ ਰੀਸੈਂਟਲੀ ਹੁਣ ਕੈਨੇਡਾ ਬੜਾ ਵਧੀਆ ਚੱਲ ਰਿਹਾ ਜੀ ਵੀਜ਼ੇ ਬਹੁਤ ਵਧੀਆ ਆ ਰਹੇ ਨੇ ਜਿਵੇਂ ਪਹਿਲਾਂ ਏਆਈਪੀ ਮਿਲ ਰਹੇ ਸੀ ਏਆਈਪੀ ਤੋਂ ਬਾਅਦ ਪੀਪੀਆਰ ਰਿਕਵੈਸਟ ਆਉਣ ਲੱਗੀ ਆ ਅਸ ਏ ਟਾਈਮ ਈਜ਼ੀਲੀ ਪੀਪੀਆਰ ਰਿਕਵੈਸਟ ਜਿਹੜੀ ਹੈਗੀ ਉਹ ਬੱਚੇ ਦੀ ਆ ਰਹੀ ਆ ਸੋ ਦੋ ਤਿੰਨ ਤਰ੍ਹਾਂ ਦੀ ਲੌਬੀ ਹੈਗੀ ਹੈ ਮੈਂ ਅਸ ਏ ਟਾਈਮ ਕਈ ਵਿਦਿਆਰਥੀ ਕியੂਬੈਕ ਦੇ ਵਿੱਚ ਅਪਲਾਈ ਕਰਕੇ ਆਪਣੇ ਆਪ ਨੂੰ ਪਰੇਸ਼ਾਨ ਜਿਹੜਾ ਹੈਗਾ ਫਸਿਆ ਮਹਿਸੂਸ ਕਰ ਰਿਹਾ ਵੀ ਯਾਰ ਆਪਾਂ ਕியੂਬੈਕ ਦੇ ਵਿੱਚ ਫਾਈਲ ਲਾ ਕੇ ਕਿਤੇ ਫਸਦਾ ਨਹੀਂ ਗਏ ਕਿਤੇ ਗਲਤ ਕੰਮ ਤਾਂ ਨਹੀਂ ਹੋ ਗਿਆ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਡਰਨਾ ਇਸ ਸੁਭਾਵਿਕ ਹੈ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਆ ਕியੂਬੈਕ ਦੇ ਵਿੱਚ ਕਈ ਫਾਈਲਸ ਲੱਗੀਆਂ ਨੂੰ 6-6 ਮਹੀਨੇ 7-7 ਮਹੀਨੇ ਹੋ ਗਏ ਮੈਂ ਪਿਛਲੇ ਸਾਲ ਦੀਆਂ ਫਾਈਲਾਂ ਅੰਬੈਸੀ ਦੇ ਵਿੱਚ ਲੱਗੀਆਂ ਨੇ ਤੁਸੀਂ ਦੇਖੋ ਹੁਣ 6-7 ਮਹੀਨੇ ਦਾ ਫਾਈਲ ਨੂੰ ਐਮਬੈਸੀ ਵਿੱਚ ਗਈ ਨੂੰ ਹੋ ਗਏ ਉਸ ਤੋਂ ਪਹਿਲਾਂ ਏਜੰਟ ਵੱਲੋਂ ਵੀ 2-3 ਮਹੀਨੇ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਟਾਈਮ ਪੀਰੀਅਡ ਲੱਗਣ ਤਕਰੀਬਨ ਸਾਲ-ਸਾਲ ਹੋ ਗਿਆ ਬੱਚਿਆਂ ਨੂੰ ਆਪਣੇ ਉਹ ਫਾਈਲਸ ਦਿੱਤੀਆਂ ਨੂੰ ਜਾਂ ਕਈ ਵਿਦਿਆਰਥੀਆਂ ਜਿਨ੍ਹਾਂ ਨੇ ਪੈਕੇਜ ਨਹੀਂ ਕੀਤੇ ਸੀ ਫੀਸਾਂ ਵੀ ਆਪਣੇ ਕੋਲੋਂ ਭਰੀਆਂ ਹੋਈਆਂ ਨੇ 10-10 15-15 ਲੱਖ ਰੁਪਇਆ ਵੀ ਜਿਹੜਾ ਹੈਗਾ ਉਹ ਜੇਬ ਚੋਂ ਲੱਗਿਆ ਹੋਇਆ ਬਟ ਅਜ਼ ਏ ਟਾਈਮ ਵੀ ਸਿਰਫ ਉਹਨਾਂ ਨੂੰ ਵੇਟ ਕਰਨੀ ਹੀ ਪੈ ਰਹੀ ਆ ਸੋ ਇਹ ਗੱਲ ਕਰਨ ਦਾ ਖਾਸ ਮੇਰਾ ਰੀਜ਼ਨ ਇਹ ਆ ਮੈਮ ਵੀ ਕਈ ਵਿਦਿਆਰਥੀ ਨੇ ਅਜ਼ ਏ ਟਾਈਮ ਹੁਣ ਡਰ ਰਹੇ ਆ ਵੀ ਹੋਰ ਟਾਈਮ ਵੇਟ ਨਹੀਂ ਕਰ ਹੁੰਦਾ ਸੋ ਬੱਚਿਓ ਅੱਜ ਦੇ ਟਾਈਮ ਜੇ ਤੁਸੀਂ ਸੋਚੋ ਜਦੋਂ ਹੁਣ ਇੱਕ ਆਪਾਂ ਕਹਿ ਦਨੇ ਪੰਜਾਬੀ ਦੇ ਵਿੱਚ ਵੀ ਹੰਥੀ ਨਿਕਲ ਗਿਆ ਹੈ ਪੂੰਛ ਰਹੀਂਦੀ ਹੈ ਹੁਣ ਤਕਰੀਬਨ ਜਿਹੜਾ ਸਮਾਂ ਸੀਗਾ ਉਹ ਨਿਕਲ ਚੁੱਕਿਆ ਹੈ ਹੁਣ ਤਾਂ ਉਹਨੂੰ ਫਾਈਲ ਵਿਡਰੋ ਕਰਕੇ ਨੁਕਸਾਨ ਹੀ ਹੋਏਗਾ ਇਸ ਨਾਲੋਂ ਚੰਗਾ ਹੈ ਵੀ ਤੁਸੀਂ ਹੋਰ ਚੰਦ ਦਿਨ ਜਿਹੜੇ ਹੈਗੇ ਆ April ਸ਼ੁਰੂ ਹੋ ਗਿਆ ਹੈ ਤਕਰੀਬਨ 10-15 April ਤੱਕ ਉਮੀਦ ਹੈਗੀ ਹੈ ਪਹਿਲਾਂ 31 March ਤੱਕ ਵੀ ਕੁਝ ਬੱਚਿਆਂ ਦੀ ਉਮੀਦ ਸੀਗੀ ਆਈਵੀਆ ਰਿਜ਼ਲਟ ਕਾਫੀ ਸਾਰੇ ਹੁਣ ਵੀ ਜਿਹੜੇ ਵਿਦਿਆਰਥੀਆਂ ਦੀ ਫਾਈਲਜ਼ ਪੁਰਾਣੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਵੀ ਉਮੀਦ ਹੈ ਵੀ April ਦੇ ਵਿੱਚ ਜਿਹੜੇ ਡਿਸੀਜਨ ਹੈਗੇ ਉਹ ਆਲਮੋਸਟ ਸਾਰੇ ਕਲੀਅਰ ਹੋ ਜਾਣਗੇ ਸੋ ਨਵੀਆਂ ਜਿਹੜੀਆਂ ਫਾਈਲਜ਼ ਲੱਗ ਰਹੀਆਂ ਨੇ ਮੈਮ ਉਹਨਾਂ ਦੇ ਰਿਜ਼ਲਟ ਜਲਦੀ ਆ ਰਹੇ ਆ ਜੀ ਅੱਜ ਵੀ ਹੁਣੀ ਮੈਂ ਜਿਵੇਂ ਬੈਠ ਆਇਆ ਹੈਗਾ ਤਕਰੀਬਨ ਦੋ ਪਾਸਪੋਰਟ ਰਿਕਵੈਸਟਾਂ ਆਪਾਂ ਨੂੰ ਰੀਸੀਵ ਹੋਈਆਂ ਨੇ 15 ਤੋਂ 20 ਦਿਨ ਦਾ ਸਮਾਂ ਲੱਗਿਆ ਦੋਨਾਂ ਪਾਸਪੋਰਟ ਰਿਕਵੈਸਟ ਆਉਣ ਦੇ ਲਈ ਦੂਸਰੀ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਜਿਹੜਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਮੈਮ ਉਹਨੂੰ ਥੋੜਾ ਸਮਾਂ ਰਹਿੰਦੇ ਫਾਈਲ ਅਪਲਾਈ ਕਰਨੀ ਪੈਗੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ 7 ਤੋਂ 8 ਮਹੀਨੇ ਐਮਬੈਸੀ ਦੇ ਵਿੱਚ ਹੀ ਹੋ ਚੁੱਕੇ ਆ ਸੋ ਅੱਜ ਦੇ ਟਾਈਮ ਜੇ ਤੁਸੀਂ ਕੈਨੇਡਾ ਦੇ ਲਈ ਅਪਲਾਈ ਕਰਨਾ ਹੈਗਾ ਸਪਟੰਬਰ 2021 ਇਨਟੇਕ ਦੇ ਦਾਖਲੇ ਸ਼ੁਰੂ ਹੋ ਗਏ ਆ ਜੀ ਜਨਵਰੀ 2022 ਤੱਕ ਦੇ ਵਿੱਚ ਮੈਡਮਿਸ਼ਨ ਜਿਹੜੀਆਂ ਹੈਗੀਆਂ ਨੇ ਕੁਝ ਕਾਲਜਸ ਵੱਲੋਂ ਓਪਨ ਕਰ ਦਿੱਤੀਆਂ ਗਈਆਂ ਨੇ ਸੋ ਬਹੁਤ ਹੀ ਜ਼ਿਆਦਾ ਜਿਹੜਾ ਪ੍ਰੋਸੈਸ ਹੈਗਾ ਉਹਨੂੰ ਪਹਿਲਾਂ ਤੋਂ ਹੀ ਪ੍ਰਪੇਅਰ ਕਰਕੇ ਹਾਈ ਕਮਿਸ਼ਨ ਜਿਹੜਾ ਹੈਗਾ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਚੱਲ ਰਹੀਆਂ ਨੇ ਬਟ ਆਪਣੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਰੁਝਾਨ ਨਹੀਂ ਹੈਗਾ ਆਪਾਂ ਪੰਜਾਬ ਹਰਿਆਣਾ ਦੇ ਵਿੱਚ ਜ਼ਿਆਤਰ ਦੇਖਦੇ ਆਂ ਆਪਾਂ ਮੌਕੇ ਤੇ ਜਾ ਕੇ ਜਿਹੜਾ ਹੈਗਾ ਕੋਈ ਵੀ ਕੰਮ ਕਰਨਾ ਪਸੰਦ ਕਰਦੇ ਆਂ ਜਦੋਂ ਮੌਕੇ ਤੇ 10 ਦਿਨ ਰਹਿ ਜਾਂਦੇ ਆ ਮਹੀਨਾ ਰਹਿ ਜਾਂਦਾ ਆਪਾਂ ਉਸ ਟਾਈਮ ਪ੍ਰੋਸੈਸ ਸ਼ੁਰੂ ਕਰਦੇ ਆਂ ਤਾਂ ਹੀ ਆਪਣਾ ਜਿਹੜਾ ਇਨਟੇਕ ਹੈਗਾ ਉਹ ਮਿਸ ਹੋ ਜਾਂਦਾ ਫਿਰ ਆਪਾਂ ਨੂੰ 5-6 ਮਹੀਨੇ ਜਿਹੜੇ ਹੈਗੇ ਵੇਟ ਕਰਕੇ ਨੈਕਸਟ ਇਨਟੇਕ ਦੇ ਵਿੱਚ ਡੈਫਰ ਹੁੰਦਾ ਆ ਸੋ ਬੱਚਿਓ ਕੈਨੇਡਾ ਜਾਣਾ ਚਾਹੁੰਦੇ ਹੋ ਸਪਟੰਬਰ 2021 ਇਨਟੇਕ ਦੇ ਦਾਖਲੇ ਸ਼ੁਰੂ ਹੋ ਗਏ ਆ ਜੀ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ 9250392500 ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਮੈਨਾਂ ਮਿਲ ਸਕਦੇ ਹੋ ਸਾਰੀ ਟੀਮ ਜਿਹੜੀ ਹੈਗੀ ਐਕਸਪਰਟ ਕੈਨੇਡਾ ਦੀ ਉਹਨਾਂ ਨਾਲ ਤੁਸੀਂ ਮਿਲ ਸਕਦੇ ਹੈਗੇ ਹੋ ਪਹਿਲਾਂ ਰਿਫਿਊਜ਼ ਹੋ ਚੁੱਕੇ ਹੋ ਇਨਟੇਕ ਜਿਹੜਾ ਹੈਗਾ ਤੁਹਾਡਾ ਲੈਟਰ ਆਫ ਸੈਪਟੈਂਸ ਜਿਹੜਾ ਸੀਗਾ ਉਹ ਆਇਆ ਸੀ ਅ ਇਨਟੇਕ ਤੁਹਾਨੂੰ ਅੱਗੇ ਜਿਹੜਾ ਨਹੀਂ ਮਿਲਿਆ ਕਿਸੇ ਕਾਰਨ ਕਰਕੇ ਵੀਜ਼ਾ ਰਿਫਿਊਜ਼ ਹੋ ਚੁੱਕਿਆ ਆ ਜਾਂ ਪੜ੍ਹਾਈ ਦੇ ਵਿੱਚ ਗੈਪ ਪੈ ਚੁੱਕਿਆ ਆ ਤਾਂ ਬਿਲਕੁਲ ਵਰੀ ਕਰਨ ਦੀ ਜ਼ਰੂਰਤ ਨਹੀਂ ਆ ਜੇ ਤੁਹਾਡੇ ਅਲਰਟਸ ਵਿੱਚੋਂ ਓਵਰਆਲ 6 ਬੈਂਡ ਹੈਗੇ ਆ ਇੱਕ ਮੋਡਿਊਲ ਜਾਂ ਦੋ ਮੋਡਿਊਲ 'ਚ 5.5 ਬੈਂਡ ਹੈਗੇ ਆ ਤਮੀ ਤੁਸੀਂ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਕਾਰ ਕਰ ਸਕਦੇ ਹੋ ਗਵਰਨਮੈਂਟ ਕਾਲਜ ਦੇ ਵਿੱਚ ਜਾ ਸਕਦੇ ਹੋ ਪੜ੍ਹਾਈ ਤੋਂ ਵੱਧ ਵਰਕ ਪਰਮਿਟ ਦਾ ਬਹੁਤ ਵੱਡਾ ਇਸ਼ੂ ਹੁੰਦਾ ਆਪਣੇ ਪੰਜਾਬ ਚ ਸੋ ਦੇਖਿਆ ਜਾਂਦਾ ਜਦੋਂ ਵਿਦਿਆਰਥੀ ਕਿਸੇ ਏਜੰਟ ਨਾਲ ਪੈਕੇਜ ਕਰਦਾ ਜਾਂ ਉਹਨੂੰ ਕਹਿਆ ਜਾਂਦਾ ਵੀ ਸਾਰੀਆਂ ਫੀਸਾਂ ਦੇ ਤੋਂ ਬਾਅਦ ਵਿੱਚ ਲਈਆਂ ਜਾਣਗੀਆਂ ਤਾਂ ਉਸ ਟਾਈਮ ਏਜੰਟ ਵੱਲੋਂ ਉਹਦੀ ਫਾਈਲ ਇਦਾਂ ਦੇ ਕਾਲਜਸ ਦੇ ਵਿੱਚ ਪ੍ਰੋਸੈਸ ਕੀਤੀ ਜਾਂਦੀ ਆ ਜਿੱਥੇ ਆਲਰੇਡੀ ਕਾਲਜ ਵੱਲੋਂ ਹੀ ਫੀਸ ਬਾਅਦ ਚ ਲਈ ਜਾਂਦੀ ਆ ਬਟ ਏਜੰਟ ਵੱਲੋਂ ਇਹ ਦਿਖਾਇਆ ਜਾਂਦਾ ਵੀ ਅਸੀਂ ਤੇਰੀਆਂ ਫੀਸਾਂ ਖੁਦ ਭਰ ਰਹੇ ਆ ਇਸਾਂ ਦਿਖਾਇਆ ਜਾਂਦਾ ਤੇ ਉਸ ਤੋਂ ਬਾਅਦ ਆਫਟਰ ਵੀਜ਼ਾ ਦੇ ਨਾਮ ਤੇ ਉੱਪਰ ਪੈਸੇ ਕਾਫੀ ਜ਼ਿਆਦਾ ਚਾਰਜ ਕੀਤੇ ਜਾਂਦੇ ਆ ਬਟ ਗਲੋਬਲ ਵੀਜ਼ਾ ਹੈਲਪ ਲਾਈਨ ਕੋ ਤੁਹਾਨੂੰ ਇਦਾਂ ਦਾ ਕੋਈ ਆਪਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਦਾਂ ਦੇ ਕਾਲਜਸ ਦੇ ਵਿੱਚ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਪੋਸਟ ਸਟੱਡੀ ਜਿਹੜਾ ਵਰਕ ਰਾਈਟਸ ਹੈਗੇ ਉਹ ਨਹੀਂ ਮਿਲਦੇ ਪ੍ਰੋਪਰ ਗਵਰਨਮੈਂਟ ਕਾਲਜ ਦੇ ਵਿੱਚ ਤੁਸੀਂ ਆਪਣਾ ਕੇਸ ਅਪਲਾਈ ਕਰੋ ਚਾਹੇ ਤੁਸੀਂ ਸਟੈਪ ਬਾਈ ਸਟੈਪ ਪੇਮੈਂਟਸ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਕੈਨੇਡਾ ਦੇ ਕਿਸੇ ਵੀ ਕਾਲਜ ਯੂਨੀਵਰਸਿਟੀ ਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ ਸਿਰਫ ਤੇ ਸਿਰਫ ਰਿਕੁਆਇਰਮੈਂਟ ਤੁਹਾਡੀ ਫੁਲਫਿਲ ਹੋਣੀ ਚਾਹੀਦੀ ਹੈ ਫੀਸ ਦੀ ਕੋਈ ਵੀ ਵਰੀ ਕਰਨ ਦੀ ਜਰੂਰਤ ਨਹੀਂ ਹੈ ਅੱਜ ਦੇ ਟਾਈਮ ਮੈਂ ਬਹੁਤ ਹੀ ਜ਼ਿਆਦਾ ਘੱਟ ਫੀਸ ਵਾਲੇ ਕਾਲਜ ਵੀ ਮਾਰਕੀਟ ਵਿੱਚ ਆ ਗਏ ਆ ਜਿੱਥੇ ਪਹਿਲਾਂ ਆਪਾਂ ਦੇਖਦੇ ਸੀ 8 ਤੋਂ 9 ਲੱਖ ਰੁਪਏ ਤੱਕ ਇੱਕ ਸਾਲ ਦੀ ਫੀਸ ਜਾਂਦੀ ਸੀ ਅੱਜ 5 ਤੋਂ 6 ਲੱਖ ਰੁਪਏ 4.5 ਲੱਖ ਰੁਪਏ ਵੀ ਇੱਕ ਸਾਲ ਦੀ ਫੀਸ ਹੈਗੀ ਹੈ ਕਈ ਕਾਲਜੇਸ ਦੇ ਵਿੱਚ ਜ਼ਿਆਦਾਤਰ ਕਿਊਬੈਕ ਸਾਈਡ ਆਪਾਂ ਦੇਖਦੇ ਆ ਫੀਸਾਂ ਕਾਫੀ ਘੱਟ ਹੈਗੀਆਂ ਨੇ ਇੱਕ ਹੋਰ ਮੈਂ ਖੁਸ਼ੀ ਦੀ ਗੱਲ ਦੱਸਣਾ ਚਾਹਾਂਗਾ ਜੀ ਜਿਹੜੇ ਵਿਦਿਆਰਥੀ ਸੋਚਦੇ ਸੀ ਵੀ ਗੈਪ ਕਰਕੇ ਸਾਡਾ ਵੀਜ਼ਾ ਨਹੀਂ ਲੱਗ ਸਕਦਾ ਜਾਂ ਕਈ ਬੱਚੇ ਇਦਾਂ ਦੇ ਆ ਮੈਮ ਜਿਨ੍ਹਾਂ ਦੇ ਅਸੀਂ ਖੁਦ ਵੀ ਹੈਰਾਨ ਹੋਏ ਆ ਵੀ ਇਹ ਬੱਚੇ ਦਾ ਵੀਜ਼ਾ ਅਪਰੂਵ ਜਿਹੜਾ ਹੋਇਆ ਆ ਵੀ ਹਾਈ ਕਮਿਸ਼ਨ ਵੀਜ਼ਾ ਦੇਣਾ ਚਾਹ ਰਹੀ ਆ 10 ਤੋਂ 12 ਸਾਲ ਦੇ ਗੈਪ ਦੇ ਨਾਲ ਵੀ ਸਾਡੇ ਕੋਲ ਤੁਸੀਂ ਆਫਿਸ ਆ ਕੇ ਦੇਖ ਸਕਦੇ ਹੋ 10 11 ਸਾਲ ਦੇ ਨਾਲ ਵੀ ਕੈਨੇਡਾ ਸਟਡੀ ਵੀਜ਼ਾ ਬੱਚਿਆਂ ਦੇ ਅਪਰੂਵ ਹੋਏ ਹੋਇਆ ਸਿਰਫ ਤੇ ਸਿਰਫ ਉਹਨਾਂ ਦੇ ਬੈਂਡ ਸਕੋਰ ਅੱਛੇ ਸੀਗੇ ਸੋ ਤੁਹਾਡੇ ਚ ਕੋਈ ਨਾ ਕੋਈ ਜੇ ਕੁਆਲਿਟੀ ਹੈਗੀ ਹੈ ਜੇ ਤੁਹਾਡੇ ਬੈਂਡ ਸਕੋਰ ਘੱਟ ਹੈਗੀਆ ਤੁਹਾਡੀ ਪਰਸੈਂਟੇਜ ਅੱਛੀ ਹੈਗੀਆ ਤਾਂ ਵੀ ਤੁਸੀਂ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਜੀ ਇੱਥੇ ਇੱਥੇ ਜ਼ਰੂਰ ਜਾਨਣਾ ਚਾਹੂੰਗੀ ਕਿ ਜਿਵੇਂ ਤੁਸੀਂ ਕਿਹਾ ਕਿ ਇੰਨੇ ਗੈਪ ਵਾਲਿਆਂ ਦਾ ਵੀ ਜੋ ਹੈ ਵੀਜ਼ਾਸ ਲੱਗੇ ਨੇ ਤਾਂ ਫਿਰ ਗਲੋਬਲ ਵੀਜ਼ਾ ਹੈਲਪਲਾਈਨ ਵੱਲੋਂ ਕਿਸ ਤਰ੍ਹਾਂ ਦਾ ਐਕਸਟਰਾ ਵਰਕ ਕੀਤਾ ਜਾਂਦਾ ਹੈ ਕਿ ਸਟੂਡੈਂਟਸ ਕਿਉਂਕਿ ਬਾਕੀ ਥਾਵਾਂ ਤੇ ਥੋੜੇ ਜਿਗੇ ਗੈਪ ਕਰਕੇ ਵੀ ਰਿਫਿਊਜ਼ਲ ਹੋ ਜਾਂਦਾ ਤਾਂ ਕਿਸ ਤਰੀਕੇ ਦਾ ਕੰਮ ਕਰਦੇ ਹੋ ਕਿਸ ਕਿਹਨਾ ਚੀਜ਼ਾਂ ਦੇ ਉੱਪਰ ਮੇਨ ਫੋਕਸ ਕਰਕੇ ਤੁਹਾਡੀ ਟੀਮ ਜੋ ਹੈ ਪ੍ਰੋਸੈਸ ਕਰਦੀ ਹੈ ਮੈਮ ਗੈਪ ਵਾਲੇ ਸਟ ਜਿਹੜਾ ਹੈਗਾ ਬਣਾਇਆ ਜਾਂਦਾ ਹੁਣ ਦੇਖਦੇ ਆਪਾਂ ਕਈ ਸਾਡੇ ਕੋਲ ਰਿਫਿਊਜ਼ਲ ਵਾਲੇ ਬੱਚੇ ਜਾਂਦੇ ਆ ਰਿਫਿਊਜ਼ਲ ਲੈਟਰ ਤੇ ਜਦੋਂ ਅਸੀਂ ਉਹਦੀ ਪੁਰਾਣੀ ਫਾਈਲ ਤੇ ਨਿਗਾਹ ਮਾਰਦੇ ਆ ਤਾਂ ਗੈਪ ਫਿਲ ਕਰਨ ਦੇ ਲਈ 5 ਸਾਲ ਦਾ ਗੈਪ 7 ਸਾਲ ਦਾ ਗੈਪ ਫਿਲ ਕਰਨ ਦੇ ਲਈ ਸਿਰਫ ਇੱਕ ਕਾਗਜ਼ ਲਗਾਇਆ ਹੁੰਦਾ ਚਾਰ ਲਾਈਨਾਂ ਲਿਖ ਕੇ ਵੀ ਇਹ ਸਟੂਡੈਂਟ ਸਾਡੇ ਕੋਲ ਇੰਨੇ ਤਰੀਕ ਤੋਂ ਲੈ ਕੇ ਇੰਨੇ ਤਰੀਕ ਤੱਕ ਜੌਬ ਕਰਦਾ ਸੀ ਅਸੀਂ ਇਹਨੂੰ 10000 12000 ਰੁਪਏ ਜੀ ਕੈਸ਼ ਇਨ ਹੈਂਡ ਸੈਲਰੀ ਦਿੰਦੇ ਸੀ ਸੋ ਇੱਕ ਕਾਗਜ਼ ਲਗਾਉਣ ਨਾਲ ਤੁਹਾਡਾ ਗੈਪ ਜਸਟੀਫਾਈ ਨਹੀਂ ਹੋਣਾ ਬੱਚਿਓ ਗੈਪ ਜਸਟੀਫਾਈ ਜੇ ਤੁਸੀਂ ਕਰਨਾ ਹੈਗਾ ਤੁਹਾਡਾ 5 ਸਾਲ ਦਾ 10 ਸਾਲ ਦਾ ਵੀ ਜੇ ਤੁਹਾਡਾ ਸਟੱਡੀ ਦੇ ਵਿੱਚ ਗੈਪ ਹੈ ਧਿਆਨ ਨਾਲ ਸੁਣ ਵਾਲੀ ਕੱਲਾ ਜਿਹੜੇ ਬੱਚਿਆਂ ਦਾ 10 ਸਾਲ ਦਾ ਵੀ ਗੈਪ ਹੈ ਉਹ ਵੀ ਕੈਨੇਡਾ ਦਾ ਵੀਜ਼ਾ ਲੈ ਸਕਦੇ ਆ ਲੇਕਿਨ ਤੁਹਾਡੀ ਗ ਦੇਣੀ ਪੈਗੀ ਤੁਹਾਡੀਆਂ ਡਿਊਟੀਆਂ ਸਾਰੀਆਂ ਉਹਦੇ ਚ ਲਿਖੀ ਹੋਣੇ ਚਾਹੀਦੀਆਂ ਨੇ ਵੀ ਤੁਸੀਂ ਕੀ ਉੱਥੇ ਕੰਮ ਕੀਤਾ ਕਦੋਂ ਤੁਸੀਂ ਜੁਆਇਨ ਕੀਤਾ ਸੀ ਕਦੋਂ ਤੁਸੀਂ ਆਪਣਾ ਉੱਥੋਂ ਹਟੇ ਹੋ ਜਾਂ ਤੁਸੀਂ ਜੋਬ ਕੋਈ ਚੇਂਜ ਕੀਤੀ ਹੈ ਉਹ ਕਿਉਂ ਤੁਸੀਂ ਜੋਬ ਚੇਂਜ ਕੀਤੀ ਸੀ ਜਿੱਥੇ ਤੁਸੀਂ ਕੰਮ ਕਰਦੇ ਸੀ ਉਸ ਕੰਪਨੀ ਦੀਆਂ ਸਾਰੀਆਂ ਜਿਹੜੀਆਂ ਆਪਣਾ ਐਡਰੈਸ ਹੋ ਗਿਆ ਉਹਨਾਂ ਦੇ ਲੈਂਡਲਾਈਨ ਫੋਨ ਨੰਬਰ ਹੋਗੇ ਤੁਹਾਡਾ ਆਈ ਕਾਰਡ ਹੋ ਗਿਆ ਇਦਾਂ ਦੀ ਮੈਂ ਪ੍ਰੋਪਰ ਇੱਕ ਸਾਡੀ ਜਿਹੜੀ ਹੈਗੀ ਐ ਲਿਸਟ ਰੈਡੀ ਕੀਤੀ ਹੋਈ ਹੈ ਜੀ ਜਿਹੜੇ ਵੀ ਬੱਚੇ ਦਾ ਗੈਪ ਹੈਗਾ ਉਹਦੇ ਸਾਰੀ ਡਾਕੂਮੈਂਟੇਸ਼ਨ ਉਹ ਉਹਦੇ ਜਿੱਥੋਂ ਦਾ ਕੰਮ ਕੀਤਾ ਹੈ ਜਾਂ ਉਹਨੇ ਕੋਈ ਹੋਰ ਮਤਲਬ ਵਰਕ ਕੀਤਾ ਹੈਗਾ ਉਹਦੀ ਸਾਰੀ ਜਸਟੀਫਿਕੇਸ਼ਨ ਕਰਕੇ ਐਂਬੈਸੀ ਨੂੰ ਭੇਜੀ ਜਾਂਦੀ ਆ ਤਾਂ ਕਿ ਵੀਜ਼ਾ ਅਫਸਰ ਨੂੰ ਉਹਦੇ ਗੈਪ ਵਾਲੇ ਜਿਹੜੇ ਪੇਪਰਾਂ ਤੇ ਉਹਨਾਂ ਦੇ ਸ਼ੱਕ ਨਾ ਹੋਵੇ ਜੈਨੂ ਲੱਗਣ ਜੈਨੂ ਜਿਹੜੇ ਪੇਪਰ ਲੱਗਣ ਦੂਸਰੀ ਵਾਰ ਮੈਂ ਇੱਕ ਬਹੁਤ ਵੱਡੀ ਪੰਜਾਬ ਦੇ ਵਿੱਚ ਆਜ਼ਾਦ ਨਾ ਮੈਂ ਪ੍ਰੋਬਲਮ ਦੇਖ ਰਿਹਾ ਜੀ ਰਿਫਿਊਜ਼ਲ ਵਾਲੇ ਕੇਸਾਂ ਦੇ ਵਿੱਚ ਖਾਸ ਕਰਕੇ ਜੀ ਜੀ ਜਿਸ ਬੱਚੇ ਦਾ 2017 ਦੇ ਵਿੱਚ ਜਾਂ 2016 ਦੇ ਵਿੱਚ ਜਾਂ 18 'ਚ ਪਲੱਸ 2 ਕਰੀ ਹੁੰਦੀ ਆ ਉਹ ਏਜੰਟ ਕੋਲ ਜਦੋਂ ਆਉਂਦਾ ਤਾਂ ਬੱਚੇ ਦੇ ਮਨ ਦੇ ਵਿੱਚ ਡਰ ਹੁੰਦਾ ਵੀ ਮੇਰਾ 2 ਸਾਲ ਦਾ 3 ਸਾਲ ਦਾ ਗੈਪ ਹੈ ਚੁੱਕਿਆ ਤਾਂ ਏਜੰਟ ਵੱਲੋਂ ਮਤਲਬ ਜ਼ਿਆਦਾਤਰ ਅਸੀਂ ਦੇਖ ਰਹੇ ਹਾਂ ਵੀ ਡਿਪਲੋਮਿਆਂ ਦਾ ਬੜਾ ਵੱਡਾ ਦੌਰ ਚੱਲ ਰਿਹਾ ਹੈ ਵੀ ਕਿਸੇ ਵੀ ਜਗ੍ਹਾ ਤੋਂ ਕੋਈ 5-7000 ਰੁਪਏ ਦਾ ਜਾਂ ਕੋਈ ਡਿਪਲੋਮਾ ਬਣਾ ਕੇ ਨਾਲ ਲਗਾ ਦਿੱਤਾ ਜਾਂਦਾ ਫਿਰ ਫਾਈਲ ਪ੍ਰੋਸੈਸ ਕਰ ਦਿੱਤੀ ਜਾਂਦੀ ਆ ਲੇਕਿਨ ਸਟੂਡੈਂਟ ਵੱਲੋਂ 4 ਗੋਣਾ 5 ਗੋਣਾ ਪੈਸੇ ਜਿਹੜੇ ਹੈਗੇ ਉਹ ਏਜੰਟ ਵਸੂਲ ਕਰ ਲੈਂਦੇ ਬਟ ਉਹ ਪੈਸਿਆਂ ਨੂੰ ਵੀ ਆਪਾਂ ਇੱਕ ਸਾਈਡ ਤੇ ਰੱਖ ਕੇ ਚੱਲੀ ਮੈਮ ਉਹ ਬਹੁਤ ਵੱਡਾ ਕਾਰਨ ਬਣ ਰਿਹਾ ਜੀ ਰਿਫਿਊ ਆ ਜਾਂ 2 ਸਾਲ ਦਾ ਆ ਜਾਂ ਤੇ ਇੱਕ ਤਿੰਨ ਆਪਣਾ 1 ਸਾਲ ਦਾ ਉਹ ਫਿਰ ਅੱਗੇ ਕੈਨੇਡਾ ਐਡਮਿਸ਼ਨ ਲੈ ਰਿਹਾ ਡਿਪਲੋਮਾ ਕਰਨ ਦੇ ਲਈ ਇੱਥੇ ਉਹ ਡਿਪਲੋਮਾ ਕਰ ਰਿਹਾ ਉਹ ਮਤਲਬ ਹਾਈ ਕਮਿਸ਼ਨ ਵੱਲੋਂ ਦੇਖਿਆ ਜਾ ਰਿਹਾ ਵੀ ਜਦੋਂ ਖੁਦ ਬੱਚੇ ਨੇ ਪਹਿਲਾਂ ਹੀ ਇੱਕ ਡਿਪਲੋਮਾ ਕੀਤਾ ਹੋਇਆ ਆ ਤੇ ਫਿਰ ਉਹ ਡਿਪਲੋਮਾ ਦੇ ਵਿੱਚ ਕਿਉਂ ਐਡਮਿਸ਼ਨ ਲੈ ਰਿਹਾ ਬਹੁਤ ਹੀ ਵੱਡਾ ਕਾਰਨ ਜਿਹੜਾ ਹੈਗਾ ਕਾਫੀ ਜ਼ਿਆਦਾ ਕੇਸਸ ਦੇ ਵਿੱਚ ਮੈਂ ਤੁਸੀ ਜੇ ਆਪਾਂ ਬੈਕ ਜਿਹੜੀ ਹੈਗੀ ਲਿਸਟ ਕੱਢ ਕੇ ਦੇਖੀਏ ਜਿੰਨੀਆਂ ਰਿਫਿਊਜ਼ਲਸ ਹੈਗੀਆਂ ਨੇ ਪਲੱਸ 2 ਤੋਂ ਬਾਅਦ ਜ਼ਿਆਦਾਤਰ ਬੱਚਿਆਂ ਦੇ ਡਿਪਲੋਮਾ ਲੱਗੇ ਹੋਇਆ ਨਾਲ ਉਹ ਵੀ ਜਾਲੀ ਲੱਗੇ ਹੋਇਆ ਸੋ ਜੇ ਤੁਸੀਂ ਸਹੀ ਡਿਪਲੋਮਾ ਕੀਤਾ ਜਾਂ ਜੈਨੂਇਨ ਤੁਸੀਂ ਡਿਪਲੋਮਾ ਕੀਤਾ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰੀ ਹੁੰਦੀ ਆ ਆ ਤਾਂ ਵੀ ਤੁਸੀਂ ਕੋਸ਼ਿਸ਼ ਕਰੋ ਵੀ ਅੱਗੇ ਜਿਹੜਾ ਹੈਗਾ ਤੁਸੀਂ ਬੈਚਲਰ ਦੇ ਲਈ ਆਪਣੀ ਐਡਮਿਸ਼ਨ ਲੈ ਕੇ ਚੱਲੋ ਜਾ ਤੁਸੀਂ ਜਿਹੜਾ ਹੈਗਾ ਉਹਨੂੰ ਜਸਟੀਫਾਈ ਤੁਹਾਡਾ ਹੋਣਾ ਚਾਹੀਦਾ ਇੱਕ ਤੁਸੀਂ ਬੇਵਜਾ ਕੋਈ 5-10000 ਰੁਪਏ ਦੇ ਕੇ ਕਿਸੇ ਨੂੰ ਜਾਂ 50000 ਰੁਪਏ ਕੋਈ ਦੇ ਕੇ ਜਾਲੀ ਪੇਪਰ ਵਿੱਚ ਨਾ ਲਗਾਓ ਉਹਦੇ ਨਾਲੋਂ ਅੱਛਾ ਹੈ ਤੁਸੀਂ ਆਪਣੀ ਐਸਓਪੀ ਦੇ ਵਿੱਚ ਹੀ ਪ੍ਰੋਪਰ ਸੱਚ ਜਿਹੜਾ ਹੈਗਾ ਜੇ ਤੁਸੀਂ ਲਿਖ ਦੋਗੇ ਕਿਉਂ ਤੁਹਾਡਾ ਗੈਪ ਪਿਆ ਕਿਉਂਕਿ ਜ਼ਿਆਦਾਤਰ ਗੈਪ ਮਾਝ ਦੇ ਨਾਲ ਬੱਚਿਆਂ ਦਾ ਪੈਂਦਾ ਹੈ ਇੱਥੇ ਅਲਰਟਸ ਕਰਨ ਕਰਕੇ ਸਟੂਡੈਂਟ ਵੱਲੋਂ ਅਲਰਟਸ ਜਿਹੜੀ ਹੈਗੀ ਉਹ 2-3 ਮਹੀਨੇ ਦੇ ਵਿੱਚ ਨਹੀਂ ਕਰੀਰ ਹੁੰਦੀ 2-2 ਸਾਲ ਲੱਗ ਜਾਂਦੀਆਂ ਪੇਪਰ ਦੇਣ ਦੇ ਲਈ ਜੀ ਜੀ ਸੋ ਉਹੀ ਜਿਹੜੀ ਏਜੈਂਟ ਦੀ ਐਕਸਪਰਟਾਈਜ਼ ਆ ਕੰਸ ਸਾਡੇ ਕੋਲ ਆਨਯੋ ਚਲ ਕੇ ਚੰਡੀਗੜ੍ਹ ਜਲੰਧਾ ਸਾਡੇ ਕੋਲ ਚਲ ਕੇ ਆਉਨਯੋ ਉਸੇ ਚੀਜ਼ ਦੀ ਸਾਨੂੰ ਤੁਸੀਂ ਫੀਸ ਦੰਦੇ ਹੋ ਸੋ ਰਿਫਿਊਜ਼ਲ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ ਜੀ ਰਿਫਿਊਜ਼ ਹੋ ਚੁੱਕੇ ਹੋ ਤਾਂ ਵੀ ਤੁਸੀਂ ਸਾਡੇ ਕੋਲ ਆ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਇਹ ਤੁਹਾਡੇ ਨਾਲ ਦਾਵਾ ਕਰਦੇ ਹਾਂ ਜੇ ਤੁਹਾਡੇ ਕੇਸ ਦੇ ਵਿੱਚ ਕੋਈ ਵੀ ਇਦਾਂ ਦੀ ਗਲਤੀ ਨਾ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਆ ਤੁਸੀਂ ਬੈਨ ਨਹੀਂ ਹੋ ਤੁਸੀਂ ਕੋਈ ਝਾਲੀ ਕਾਗਜ਼ ਨਹੀਂ ਲਾਇਆ ਸੀ ਤਾਂ ਉਮੀਦ ਕਰਦੇ ਆ ਵੀ ਤੁਹਾਡਾ ਜਿਹੜਾ ਹੈਗਾ ਵੀਜ਼ਾ ਤੁਹਾਨੂੰ ਜਰੂਰ ਲੈ ਕੇ ਦਵਾਂਗੇ ਇੱਕ ਵਾਰ ਆਪਣੀ ਫ੍ਰੀ ਅਸੈਸਮੈਂਟ ਕਰਾਉਣ ਲਈ 92503 92503 ਤੇ ਕਾਲ ਕਰ ਸਕਦੇ ਜੀ ਬਿਲਕੁਲ ਸੋ ਨੰਬਰ ਜੋ ਹੈ ਲਗਾਤਾਰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਜ਼ਰੂਰ ਕਾਲ ਕਰੋ ਤੇ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਗੱਲ ਵੀ ਕਰ ਸਕਦੇ ਹੋ ਇਹਨਾਂ ਦੇ ਆਫਿਸ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਤੇ ਗਲੋਬਲ ਵੀਜ਼ਾ ਹੈਲਪਲਾਈਨ ਜੋ ਕਿ ਹਮੇਸ਼ਾ ਸਟੂਡੈਂਟਸ ਨੂੰ ਜੈਨੂਨ ਵੇ ਦੇ ਨਾਲ ਹੀ ਅੱਗੇ ਤੋਰਦੇ ਨੇ ਜੈਨੂਨ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਤੁਸੀਂ ਫਰਜ਼ੀ ਚੀਜ਼ਾਂ ਤੋਂ ਦੂਰ ਰਹੋ ਜਿੰਨਾ ਫਰਜ਼ੀ ਚੀਜ਼ਾਂ ਤੋਂ ਦੂਰ ਹੋਗੇ ਉਨਾ ਹੀ ਤੁਹਾਡੇ ਰ ਇਸ ਪ੍ਰੋਗਰਾਮ ਵਿੱਚ ਵੀ ਇਹ ਸਾਰੀ ਜਾਣਕਾਰੀ ਲੈ ਕੇ ਆਉਣ ਦਾ ਮਕਸਦ ਇਹ ਹੈ ਕਿ ਜੋ ਜਿੰਨੇ ਵੀ ਸਟੂਡੈਂਟ ਸਾਡਾ ਇਹ ਸ਼ੋ ਲਗਾਤਾਰ ਦੇਖਦੇ ਨੇ ਹਰ ਰੋਜ਼ ਵੇਖਦੇ ਨੇ ਉਹਨਾਂ ਤੱਕ ਅਸੀਂ ਸਹੀ ਜਾਣਕਾਰੀ ਹੀ ਪਹੁੰਚਾਈ ਉਹਨਾਂ ਨੂੰ ਪਤਾ ਹੋਵੇ ਅਸੀਂ ਕਿਹੜੇ ਰਸਤੇ ਜਾ ਕੇ ਸਹੀ ਰਸਤੇ ਤੇ ਜਾ ਕੇ ਜੈਨੂਨ ਵੇ ਦੇ ਨਾਲ ਜਾ ਕੇ ਆਪਣੇ ਫਿਚਰ ਨੂੰ ਸਿਕਿਉਰ ਕਰਨਾ ਹੈ ਅੱਗੋਂ ਆਪਾਂ ਗੱਲ ਆਸਟ੍ਰੇਲੀਆ ਦੀ ਕਰ ਲਈਏ ਜੀ ਜਿਹੜੇ ਅੱਜ ਦੇ ਟਾਈਮ ਵਿੱਚ ਸਟੂਡੈਂਟਸ ਉਹਨਾਂ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦੇ ਨੇ ਕੀ ਕੀ ਰਿਕੁਆਇਰਮੈਂਟਸ ਨੇ ਜੋ ਉਹਨਾਂ ਨੂੰ ਹੁਣ ਪੂਰੀਆਂ ਕਰਨੀਆਂ ਹੀ ਪੈਣਗੀਆਂ ਜਾਂ ਕਿੰਨੀ ਕੁ ਸਟ੍ਰਿਕਨੈਸ ਹੈ ਜਾਂ ਕਿੰਨਾ ਕੋਈ ਈਜ਼ੀ ਹੈ ਹੁਣ ਮੈਂ ਪਿਛਲੇ ਮੈਂ ਗੱਲ ਕਰਾਂ ਤਕਰੀਬਨ 7-8 ਸਾਲ ਤੋਂ ਬਾਅਦ ਜਿਹੜਾ ਹੈਗਾ ਇੰਨਾ ਵਧੀਆ ਸਮਾਂ ਦੇ ਨਾਲ ਆਸਟ੍ਰੇਲੀਆ ਵੀਜ਼ਾ ਲੈਣ ਵਾਲੇ ਬੱਚਿਆਂ ਦੇ ਲਈ ਆਇਆ ਹੈਗਾ ਬਹੁਤ ਹੀ ਧੜਾ ਧੜ ਵੀਜ਼ੇ ਜਿਹੜੇ ਹੈਗੇ ਇਸ ਟਾਈਮ ਆਸਟ੍ਰੇਲੀਆ ਦੇ ਆ ਰਹੇ ਆ ਸਿਰਫ ਫਾਈਲ ਲਾਂਚ ਕਰਨ ਦੀ ਦੇਰ ਹੈ ਵਿਥਿਨ 1 ਵੀਕ ਦੇ ਵਿੱਚ ਵੀਜ਼ਾ ਸਾਰੇ ਆ ਦੋ-ਦੋ ਦਿਨ ਦੇ ਵਿੱਚ ਵੀ ਵੀਜ਼ਾ ਅਪਰੂਵਲ ਆ ਰਹੀਆਂ ਨੇ ਪੁਰਾਣੇ ਵੀਜ਼ੇ ਲੱਗੇ ਹੋਏ ਤੁਸੀਂ ਦੇਖ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਨੂੰ ਕੰਪੇਅਰ ਕਰਕੇ ਤੁਸੀਂ ਕੇਸ ਅਪਲਾਈ ਕਰ ਸਕਦੇ ਹੋ ਕੋਈ ਵੀ ਪੈਸਾ ਅਡਵਾਂਸ ਦੇ ਵਿੱਚ ਦੇਣ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਡਰਦੇ ਹੋ ਵੀ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਰਿਫਿਊਜ਼ ਨਾ ਹੋ ਜਾਵੇ ਸਾਡਾ ਪੈਸੇ ਦਾ ਨੁਕਸਾਨ ਨਾ ਹੋ ਜਾਵੇ ਤਾਂ ਗਲੋਬਲ ਵੀਜ਼ਾ ਹੈਲਪ ਨਾਲ ਤੁਸੀਂ ਇਸ ਸਲਾਹ ਲੈ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਜੀ ਸੋ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ ਮੈਮ ਅਸ ði ਟਾਈਮ ਜਿਹੜੇ ਬੱਚੇ ਨੇ ਪਲੱਸ 2 ਪਾਸ ਕੀਤੀ ਆ ਓਵਰਆਲ 5.5 ਬੈਂਡ ਆ 5 ਬੈਂਡ ਈਚ ਹੈਗਾ ਉਹ ਆਸਟ੍ਰੇਲੀਆ ਜਾ ਸਕਦਾ ਹੈ ਗ੍ਰੈਜੂਏਸ਼ਨ ਪਾਸ ਤੋਂ ਮਾਸਟਰ ਡਿਗਰੀ ਕੀਤੀ ਹੋਈ ਆ ਸਪਾਊਸ ਦੇ ਨਾਲ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਈਚ ਮੋਡਿਊਲ 6 ਬੈਂਡ ਆ ਇੱਕ ਮੋਡਿਊਲ ਚ 5.5 ਬੈਂਡ ਆ ਤਾਂ ਵੀ ਐਲੀ ਫੋਰਸ ਨੂੰ ਜਾ ਸਕਦੇ ਹੋ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ 6.5 ਬੈਂਡ ਦੀ ਨੀਡ ਹੈਗੀ ਆ 6 ਈਚ ਬੈਂਡ ਚਾਹੀਦੇ ਆ ਪੁਰਾਣੇ ਫੰਡ ਨਹੀਂ ਹੈਗੇ ਜਾਂ ਘੱਟ ਫੰਡ ਨੇ ਤਾਂ ਕੋਈ ਵਰੀ ਕਰਨ ਦੀ ਜਰੂਰਤ ਨਹੀਂ ਹੈ ਘੱਟ ਫੰਡ ਦਿਖਾ ਕੇ ਨਵੇਂ ਫੰਡ ਦਿਖਾ ਕੇ ਵੀ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਆਪਸ਼ਨ ਹੈਗੇ ਆਜ ਦੇ ਟਾਈਮ ਕਾਲਜਸ ਦੇ ਅਤੇ ਯੂਨੀਵਰਸਿਟੀਆਂ ਦੇ ਸਪਾਊਸ ਨੂੰ ਪਹਿਲੇ ਦਿਨ ਤੋਂ ਤੁਸੀਂ ਨਾਲ ਲੈ ਜਾ ਸਕਦੇ ਹੋ ਜੇ ਸਪਾਊਸ ਤੁਹਾਡਾ ਘੱਟ ਪੜਿਆ ਹੋਇਆ ਤਾਂ ਵੀ ਤੁਸੀਂ ਸਪਾਊਸ ਨੂੰ ਪਹਿਲੇ ਦਿਨ ਤੋਂ ਆਪਣੇ ਨਾਲ ਲੈ ਜਾ ਸਕਦੇ ਹੋ ਸੋ ਆਸਟ੍ਰੇਲੀਆ ਦੇ ਵਿੱਚ ਅੱਜ ਦੇ ਦਿਨ ਸਿਰਫ ਇੱਕੋ ਇੱਕ ਮੈਮ ਪ੍ਰੋਬਲਮ ਰਹਿ ਗਈ ਹੈ ਜੀ ਵੀ ਹਲੇ ਫਲਾਈਟਸ ਦਾ ਜਿਹੜਾ ਹੈਗਾ ਨਾਰਮਲ ਨੇ ਜਿਹੜੇ ਨਵੇਂ ਬੱਚਿਆਂ ਦੇ ਵੀਜ਼ੇ ਆ ਰਹੇ ਆ ਉਹਨਾਂ ਲਈ ਹਲੇ ਫਲਾਈਟਸ ਓਪਨ ਨਹੀਂ ਹੋਈਆਂ ਲੇਕਿਨ ਪੁਰਾਣੇ ਸਟੂਡੈਂਟਸ ਦੇ ਲਈ ਫਲਾਈਟਸ ਚੱਲ ਚੁੱਕੀਆਂ ਨੇ ਜੀ ਆਸਟ੍ਰੇਲੀਆ ਦੀਆਂ ਜਿਹੜੇ ਸਟੂਡੈਂਟ ਉੱਥੇ ਆਪਣਾ ਆਸਟ੍ਰੇਲੀਆ ਪੜ੍ਹ ਰਹੇ ਸੀ ਉਹ ਇੰਡੀਆ ਆਏ ਹੋਏ ਸੀ 홀ੀਡੇਜ਼ ਦੇ ਲਈ ਜਾਂ ਕੋਈ ਪਰਮਨੈਂਟ ਰੈਜ਼ਿਡੈਂਸ ਹੈਗਾ ਉਹਨਾਂ ਦੇ ਲਈ ਫਲਾਈਟਸ ਜਿਹੜੀਆਂ ਹੈਗੀਆਂ ਉਹ ਬੁਕਿੰਗ ਓਪਨ ਹੋ ਗਈ ਆ ਆਸਟ੍ਰੇਲੀਆ ਦੀ ਸਿਰਫ ਇਹਨਾਂ ਬੱਚੇ ਜਿਹੜੇ ਹੈਗੇ ਆ ਆਪਣੇ ਜਿੰਨੇ ਇਹਨਾਂ ਦੇ ਜਾਣ ਦੇ ਨਾਲ ਹੀ ਨਵੇਂ ਜਿਹੜੇ ਬੱਚਿਆਂ ਦੇ ਵੀਜ਼ਾਸ ਆਸਟ੍ਰੇਲੀਆ ਦੇ ਆਏ ਹੋਏ ਹੈਗੇ ਉਹਨਾਂ ਦੀਆਂ ਬੁਕਿੰਗਸ ਜਿਹੜੀ ਹੈਗੀ ਉਹ ਓਪਨ ਹੋ ਜੇਗੀ ਸੋ ਅਸ ði ਟਾਈਮ ਆਪਾਂ ਨੂੰ ਨੀਡ ਹੈ ਕਿਉਂਕਿ 2-3 ਮਹੀਨੇ 4 ਮਹੀਨੇ ਤੁਹਾਡਾ ਪ੍ਰੋਸੈਸ ਹੋਣ ਨੂੰ ਵੀ ਲੱਗਣਿਆ ਜੁਲਾਈ 2021 ਇਨਟੇਕ ਦੇ ਲਈ ਤੁਹਾਡਾ ਕੇਸ ਪ੍ਰੋਸੈਸ ਹੋਏਗਾ ਪਰਮਾਤਮਾ ਨਾ ਕਰੇ ਜੇ ਤੁਹਾਡਾ ਜੁਲਾਈ 2021 ਇਨਟੇਕ ਦੇ ਲਈ ਤੁਹਾਡੀ ਫਲਾਈਟਸ ਜੇ ਨਹੀਂ ਵੀ ਚੱਲਦੀ ਤਾਂ ਆਪਾਂ ਨੂੰ ਆਨਲਾਈਨ ਪੜਨ ਦੀ ਜ਼ਰੂਰਤ ਨਹੀਂ ਹੈ ਜੁਲਾਈ 2021 ਇਨਟੇਕ ਤੋਂ ਬਾਅਦ ਆਪਾਂ ਫਰਵਰੀ 2022 ਤੱਕ ਦਾ ਡੈਫਰ ਲੈ ਸਕਦੇ ਆ ਫਰਵਰੀ ਉਦੋਂ ਤੱਕ ਦਾ ਦੇਖੋ ਆਪਾਂ ਨੂੰ 100% ਯਕੀਨ ਆ ਵੀ ਫਲਾਈਟਸ ਜਿਹੜੀਆਂ ਹੈਗੀਆਂ ਚੱਲ ਜਾਣਗੀਆਂ ਲੇਕਿਨ ਅੱਜ ਦੇ ਟਾਈਮ ਤੁਸੀਂ ਆਪਣਾ ਵੀਜ਼ਾ ਲੈ ਕੇ ਰੱਖ ਸਕਦੇ ਹੋ ਵੀਜ਼ਾ ਦੇ ਲਈ ਤੁਹਾਨੂੰ ਕੋਈ ਪੈਸਾ ਅਡਵਾਂਸ ਦੇ ਵਿੱਚ ਦੇਣ ਦੀ ਜ਼ਰੂਰਤ ਨਹੀਂ ਆ ਸੋ ਜਦੋਂ ਤੁਹਾਡੀ ਵੀਜ਼ਾ ਅਪਰੂਵਲ ਆਂਦੀ ਹੈ ਤੁਹਾਡੀ ਵੀਜ਼ਾ ਤੁਹਾਡਾ ਆ ਜਾਂਦਾ ਹੈ ਜਦੋਂ ਤੁਹਾਡੀਆਂ ਫਲਾਈਟਸ ਦੀ ਬੁਕਿੰਗ ਸ਼ੁਰੂ ਹੋ ਜਾਂਦੀ ਹੈ ਉਦੋਂ ਤੁਸੀਂ ਆਪਣੀਆਂ ਫੀਸਾਂ ਵਗੈਰਾ ਪੇ ਕਰ ਸਕਦੇ ਹੋ ਬਹੁਤ ਹੀ ਵਧੀਆ ਮੈਮ ਸਨੈਰੀ ਮੌਕਾ ਹੈ ਜੀ ਜਿਹੜੇ ਵਿਦਿਆਰਥੀ ਦਾ ਗੈਪ ਪੈ ਚੁੱਕਿਆ ਘਟ ਬੈਣ ਨੇ ਸਪਾਊਸ ਘਟ ਪੜਿਆ ਹੋਇਆ ਪਹਿਲੇ ਦਿਨ ਤੋਂ ਸਪਾਊਸ ਜਾਣਾ ਚਾਹੁੰਦਾ ਜਾ ਕੇ ਉੱ ਆਸਟ੍ਰੇਲੀਆ ਜਾਣ ਦਾ ਹੀ ਡ੍ਰੀਮ ਸੀਗਾ ਮਨ ਦੇ ਵਿੱਚ ਪਰ ਗੈਪ ਪੈ ਚੁੱਕਿਆ ਆ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਅਸੀਂ ਵੈਲਕਮ ਕਰਦੇ ਆਂ ਜੀ ਆਸਟ੍ਰੇਲੀਆ ਦੇ ਲਈ ਫ੍ਰੀ ਅਸੈਸਮੈਂਟ ਤੁਸੀਂ ਕਰਵਾ ਸਕਦੇ ਹੋ ਕਿ 7 ਫੜਾਂਗੇ ਜੇ ਤੁਹਾਡਾ ਵੀਜ਼ਾ ਲਗਵਾ ਕੇ ਦੇ ਸਕਦੇ ਆ 1921 ਕੋਈ ਵੀ ਜੇ ਕਿਸੇ ਗਲਤ ਕਰਕੇ ਰਿਫਿਊਜ਼ਲ ਆਂਦੀ ਆ ਤਾਂ ਵੀ ਕੋਈ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਏਗਾ ਸਾਰੀ ਫੀਸ ਤੁਸੀਂ ਜਿਹੜੀ ਹੈਗੀ ਉਹ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਜੀ 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 ਬਿਲਕੁਲ ਸੋ ਆਸਟ੍ਰੇਲੀਆ ਬਾਰੇ ਹਰ ਇੱਕ ਪੁਆਇੰਟ ਜੋ ਹੈ ਕਲੀਅਰ ਕਰ ਦਿੱਤਾ ਗਿਆ ਹੈ ਤੁਹਾਡੇ ਸਾਹਮਣੇ ਹੈ ਤੇ ਬਿਲਕੁਲ ਜੋ ਬਹੁਤ ਹੀ ਸੁਨਹਿਰੀ ਮੌਕਾ ਜਿਵੇਂ ਕਿ ਇਹਨ जल्दी जो है प्रोसैस हो रही फाइल्स और वीज़ा लग रहे हैं सो तुम्हें भी इस टाइम का फायदा जरूर चुको ऑस्ट्रेलिया सो सोच ही रहे तो जरूर अपलाई कर दो जिमें कहा कि अगर जुलाई तो बाद फ्लाई नहीं कर सकोगे तो तीस फैब विच भी जो है डेफर करवा सकते हो अपना सो इसलिए घबरा चिंता कर टेंशन की कोई भी गल नहीं रह इस तो बाद। सो तीस हमने अपलाई कर हो स उसकी जो स्क्रीन लगातार नंबर भी डिस्प्ले हो रहा देख पा रहे हो तो इस उपर कॉल करो ग्लोबल वीजा हैल्पलाइन तो होर भी अगर कोई जानकारी लैना चाहते हो तो जरूर एक बार ਕਾਲ ਕਰੋ ਇਹਨਾਂ ਦੇ ਜਿੰਨੇ ਵੀ ਕੰਸਲਟੈਂਟਸ ਨੇ ਤੁਹਾਨੂੰ ਚੰਗੀ ਤਰੀਕੇ ਨਾਲ ਜਾਣਕਾਰੀ ਦੇਣਗੇ ਹੋਰ ਜ਼ਿਆਦਾ ਡੀਪਲੀ ਤੁਸੀਂ ਆਪਣੇ ਡਾਕੂਮੈਂਟਸ ਅਕੋਰਡਿੰਗਲੀ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਇਹਨਾਂ ਦੇ ਆਫਿਸ ਵਿਜ਼ਿਟ ਕਰੋ ਫ੍ਰੀ ਅਸੈਸਮੈਂਟ ਹੋਏਗੀ ਤੁਹਾਨੂੰ ਦੱਸਿਆ ਜਾਏਗਾ ਕਿ ਤੁਹਾਡੇ ਡਾਕੂਮੈਂਟਸ ਦੇ ਹਿਸਾਬ ਦੇ ਨਾਲ ਤੁਸੀਂ ਕਿੱਥੇ ਅਪਲਾਈ ਕਰੋਗੇ ਤਾਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਕੈਨੇਡਾ ਆਸਟ੍ਰੇਲੀਆ ਦੀ ਅਸੀਂ ਗੱਲ ਕਰ ਲਈ ਹੈ ਉਸ ਤੋਂ ਅੱਗੇ ਵੀ ਹੋਰ ਵੀ ਆਪਸ਼ਨਸ ਨੇ ਅੱਜ ਦੇ ਸਮੇਂ ਵਿੱਚ ਸਟੂਡੈਂਟਸ ਕੋਲ ਹੈ ਯੂਐਸ ਅਤੇ ਯੂਰਪ ਤੇ ਕਿਹੜੇ-ਕਿਹੜੇ ਸਟੂਡੈਂਟਸ ਲਈ ਇਹ ਆਪਸ਼ਨ ਸਹੀ ਰਹੇਗੀ ਤੇ ਕੀ ਐਕਸਟਰਾ ਕਿਸ ਤਰ੍ਹਾਂ ਦੇ ਕੋਰਸਿਸ ਹੈ ਲੱਗਤੋ ਫਾਇਦਾ ਲੈ ਸਕਦੇ ਨੇ ਇਥੇ ਬਿਲਕੁਲ ਮੈਮ ਆਪਾਂ ਗੱਲ ਕਰਤੀ ਪਹਿਲਾਂ ਕੈਨੇਡਾ ਦੀ ਉਸ ਤੋਂ ਬਾਅਦ ਆਪਾਂ ਆਸਟ੍ਰੇਲੀਆ ਦੀ ਗੱਲ ਕੀਤੀ ਹੁਣ ਜਿਹੜੇ ਵਿਦਿਆਰਥੀ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਫਰਸਟ ਪ੍ਰੈਫਰੈਂਸ ਆਦਿ ਨੇ ਬੱਚਿਆਂ ਦੀ ਕੈਨੇਡਾ ਦੀ ਹੁੰਦੀ ਆ ਫਿਰ ਆਸਟ੍ਰੇਲੀਆ ਦੇ ਲਈ ਬੱਚਾ ਸੋਚਦਾ ਹੈਗਾ ਸੋ ਯੂ ਐਸ ਉਹਨਾਂ ਦੇ ਲਈ ਆਪਸ਼ਨ ਨਿਕਲ ਕੇ ਆਇਆ ਮੈਮ ਅੱਜ ਜਿਹੜੇ ਵਿਦਿਆਰਥੀ ਕੈਨੇਡਾ ਦਾ ਵੀਜ਼ਾ ਨਹੀਂ ਲੈ ਸਕਦੇ ਜਾਂ ਕੈਨੇਡਾ ਤੋਂ ਰਿਫਿਊਜ਼ ਨੇ ਜਾਂ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੈ ਸਕਦੇ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ ਜਾਂ ਸੀਓਈ ਨਹੀਂ ਮਿਲ ਰਹੀ ਜਾਂ ਰਿਫਿਊਜ਼ਲ ਕੋਈ ਜੌਬ ਨਹੀਂ ਕੀਤੀ ਵਿਹਲੇ ਰਹੇ ਨੇ 10 ਸਾਲ ਹੋ ਗਏ 5 ਸਾਲ ਹੋ ਗਏ ਕੋਈ ਜੌਬ ਨਹੀਂ ਕੀਤੀ ਘਰ ਦਾ ਹੀ ਕੰਮ ਕਰਦੇ ਸੀ ਜਾਂ ਅਲਰਟਸ ਕੀਤੀ ਸੀ ਐਕਸਪਾਇਰ ਹੋ ਗਈ ਜਾਂ ਬਿਨਾਂ ਅਲਰਟਸ ਤੋਂ ਜਾਣਾ ਚਾਹੁੰਦੇ ਨੇ ਉਹਨਾਂ ਵਿਦਿਆਰਥੀਆਂ ਦੇ ਲਈ ਅੱਜ ਯੂਐਸਏ ਆਪਸ਼ਨ ਲੈ ਕੇ ਆਇਆ ਜੀ ਸੋ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਜਿਹੜੇ ਹੈਗੇ ਮੈਮ ਵੀਜ਼ਾਸ ਅਪਰੂਵ ਹੋਣੇ ਸ਼ੁਰੂ ਹੋ ਗਏ ਆ ਜਿਵੇਂ ਜਿਵੇਂ ਡੇਟਸ ਮਿਲ ਰਹੀਆਂ ਹੈਗੀਆਂ ਨੇ ਨਵੇਂ-ਨਵੇਂ ਬੱਚਿਆਂ ਨੇ ਤੁਹਾਨੂੰ ਰੋਬਰੂ ਵੀ ਕਰਵਾਵਾਂਗੇ ਜਿਹੜੇ ਰੀਸੈਂਟਲੀ ਵੀਜ਼ਾਸ ਬੱਚਿਆਂ ਦੇ ਆਏ ਹੈਗੇ ਆ ਜੀ ਸਭ ਤੋਂ ਵੱਡੀ ਗੱਲ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਆ ਯੂਐਸਏ ਦੇ ਲਈ ਬਹੁਤ ਹੀ ਵਧੀਆ ਓਪਰਚੁਨਿਟੀ ਹੈਗੀ ਅਸ ði ਟਾਈਮ ਜੇ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਜਾਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਪੁਰਾਣੇ ਫੰਡ ਨਹੀਂ ਹੈਗੇ ਜਾਂ ਪੜ੍ਹਾਈ ਦੇ ਵਿੱਚ ਗੈਪ ਹੈ ਚੁੱਕਿਆ 12 ਤੋਂ 14 ਸਾਲ ਤੱਕ ਦਾ ਵੀ ਜੇ ਤੁਹਾਡਾ ਪੜ੍ਹਾਈ ਦੇ ਵਿੱਚ ਗੈਪ ਹੈ ਚਾਹੇ ਤੁਸੀਂ ਜੀਐਨਐਮ ਕੀਤੀ ਹੈ ਡਿਪਲੋਮਾ ਕੋਈ ਕੀਤਾ ਕੋਈ ਹੋਰ ਜਾਂ ਪਲੱਸ 2 ਪਾਸ ਹੋ ਜਾਂ ਗ੍ਰੈਜੂਏਸ਼ਨ ਮਾਸਟਰ ਕੀਤੀ ਹੈ ਜੇ ਤੁਹਾਡੀ ਪੜ੍ਹਾਈ ਦੇ ਵਿੱਚ 12 ਤੋਂ 14 ਸਾਲ ਤੱਕ ਦੇ ਵੀ ਗੈਪ ਹੈ ਮਤਲਬ ਜੇ ਤੁਸੀਂ 2007-08 ਦੇ ਵਿੱਚ ਵੀ ਆਪਣੀ ਸਟੱਡੀ ਕੰਪਲੀਟ ਕੀਤੀ ਸੀ ਤਾਂ ਵੀ ਅੱਜ ਤੁਸੀਂ ਯੂਐਸਏ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਸਾਰੀ ਫੀਸ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੈਗੇ ਹੋ ਸਿਰਫ ਇੱਕੋ ਹੀ ਇੱਕ ਸ਼ਰਤ ਆ ਤੁਹਾਡਾ ਸੈਲਫ ਕੌਨਫੀਡੈਂਸ ਜਿਹੜਾ ਹੈਗਾ ਉਹ ਹੋਣਾ ਬਹੁਤ ਜ਼ਰੂਰੀ ਆ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ ਆ ਵੀ ਤੁਸੀਂ ਇੱਕ ਵੀਜ਼ਾ ਅਫਸਰ ਨਾਲ ਗੱਲ ਕਰ ਸਕੋ ਬਹੁਤ ਹੀ ਈਜ਼ੀ ਮੈਮ ਜਿਹੜੇ ਹੈਗੇ ਆ ਕੁਐਸਚਨ ਆਨਸਰ ਹੁੰਦੇ ਆ ਉਹਦੇ ਚ ਕੋਈ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਆ ਸਾਰੀ ਗੱਲ ਬੱਚੇ ਦੇ ਕੌਨਫੀਡੈਂਸ ਤੇ ਆਂਦੀ ਹੈਗੀ ਆ ਜਿੱਦਾਂ ਹੁਣ ਅਸੀਂ ਯੂਐਸਏ ਦੇ ਵਿੱਚ ਵੀਜ਼ਾਸ ਦੇਖਦੇ ਹੈਗੇ ਆ ਜਿਹੜੇ ਬੱਚਿਆਂ ਦਾ ਗੈਪ ਨਹੀਂ ਹੁੰਦਾ ਜਿਹੜੇ ਰੀਸੈਂਟਲੀ ਬੱਚੇ ਪਾਸ ਆਊਟ ਹੋ ਕੇ ਯੂਐਸਏ ਵੀਜ਼ਾ ਅਪਲਾਈ ਕਰਦੇ ਨੇ ਉਹਨਾਂ ਦੀ ਰਿਜੈਕਸ਼ਨ ਰੇਟ ਗੈਪ ਵਾਲੇ ਬੱਚਿਆਂ ਨਾਲੋਂ ਜ਼ਿਆਦਾ ਆ ਜਿਹੜਾ ਇੱਕ ਸਟੂਡੈਂਟ 2010 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਆ 5-6 ਸਾਲ ਦਾ ਸਾਲ ਉਹਨੂੰ ਜੌਬ ਕਰਦੇ ਨੂੰ ਹੋ ਗਏ ਉਹਦਾ ਸੈਕਸ ਰੇਟ ਦੂਜੇ ਬੱਚੇ ਨਾਲੋਂ ਜ਼ਿਆਦਾ ਆ ਜਦਕਿ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਆਪਾਂ ਦੇਖਦੇ ਆ ਵੀ ਗੈਪ ਵਾਲੇ ਬੱਚੇ ਦਾ ਜਿਹੜਾ ਹੈਗਾ ਘੱਟ ਹੁੰਦਾ ਹੈ ਤੇ ਜਿਹੜਾ ਬੱਚੇ ਦਾ ਗੈਪ ਨਹੀਂ ਹੈਗਾ ਉਹਦਾ ਵੀਜ਼ਾ ਚਾਂਸ ਜ਼ਿਆਦਾ ਹੁੰਦੇ ਨੇ ਯੂਐਸਏ ਦੇ ਵਿੱਚ ਇਹ ਤੋਂ ਨਾਲੋਂ ਬਿਲਕੁਲ ਉਲਟ ਹੈਗਾ ਜੇ ਤੁਹਾਡਾ ਪੜ੍ਹਾਈ 'ਚ ਗੈਪ ਪੈ ਚੁੱਕਿਆ ਤੁਸੀਂ ਪੜ੍ਹਾਈ ਤੋਂ ਬਾਅਦ 10 ਸਾਲ ਜਿਹੜੀ ਆਪਣੀ ਜੌਬ ਕੀਤੀ ਹੈ ਜਾਂ ਘਰੇ ਵਿਹਲੇ ਰਹੇ ਹੋ ਤਾਂ ਵੀ ਤੁਸੀਂ ਯੂਐਸਏ ਦਾ ਸਟੱਡੀ ਵੀਜ਼ਾ ਲਗਵਾ ਸਕਦੇ ਹੋ ਜੀ ਸਾਰੀ ਫੀਸ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਕਈ ਯੂਨੀਵਰਸਿਟੀ ਦੇ ਵਿੱਚ ਆਪਸ਼ਨ ਹੈ ਤੁਸੀਂ ਯੂਐਸਏ ਪਹੁੰਚ ਕੇ ਵੀ ਆਪਣੀ ਯੂਨੀਵਰਸਿਟੀ ਦੀ ਫੀਸ ਸਟਾਰ ਸਕਦੇ ਹੋ ਸੋ ਯੂਐਸਏ ਬੰਦੀ ਤੁਸੀਂ ਹੋਰ ਕੋਈ ਵੀ ਇਨਕੁਆਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਨੰਬਰ 9250392503 ਤੇ ਸਾਨੂੰ ਕਾਲ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਮੈਂ ਆਪਾਂ ਗੱਲ ਕਰ ਰਹੇ ਹਾਂ ਜਿੱਦਾਂ ਕਿਉਂਕਿ ਹਰ ਇੱਕ ਨਾ ਬੱਚੇ ਦੀ ਆਪੋ ਆਪਣੀ ਪ੍ਰੋਫਾਈਲ ਆ ਹਰ ਇੱਕ ਸਟੂਡੈਂਟ ਦਾ ਆਪੋ ਆਪਣਾ ਬਜਟ ਹੈਗਾ ਇੱਕ ਸਟੂਡੈਂਟ ਅੱਜ ਦੇ ਟਾਈਮ 20 ਲੱਖ ਰੁਪਏ ਖਰ ਸਕਦਾ ਜੀ ਇੱਕ ਸਟੂਡੈਂਟ ਇਸਨ ਦੋ ਤਿੰਨ ਲੱਖ ਰੁਪਏ ਖਰ ਸਕਦਾ ਹੈਗਾ ਯੂਐਸਏ ਤੋਂ ਬਾਅਦ ਮੈਂ ਗੱਲ ਕਰ ਰਿਹਾ ਜਿਹੜੇ ਬੱਚੇ ਯੂਐਸਏ ਦੇ ਲਈ ਵੀ ਐਲੀਜੀਬਲ ਨਹੀਂ ਹੈ ਮਤਲਬ ਕਿ ਯੂਐਸ ਲਈ ਸਟੈਂਪ ਬੱਚਾ ਕੌਣ ਐਲੀਜੀਬਲ ਨਹੀਂ ਹੈ ਜਿਦੇ ਵਿੱਚ ਕੰਫੀਡੈਂਸ ਨਹੀਂ ਹੈ ਜਿਦੇ ਵਿੱਚ ਬੱਚਾ ਜਿਹੜਾ ਸਟੂਡੈਂਟ ਇੰਟਰਵਿਊ ਨੂੰ ਫੇਸ ਨਹੀਂ ਕਰ ਸਕਦਾ ਤਾਂ ਉਹਨਾਂ ਦੇ ਲਈ ਅਸੀਂ ਆਪਸ਼ਨ ਲੈ ਕੇ ਆਇਆ ਯੂਰਪ ਦੀ ਸੋ ਯੂਰਪ ਜਾਣਾ ਚਾਹੁੰਦੇ ਹੋ ਬਹੁਤ ਟਾਈਮ ਤੋਂ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿਹੜੇ ਸੰਪਰਕ ਵਿੱਚ ਸੀਗੇ ਤੁਸੀਂ ਆਪਣੇ ਰਿਲੇਟਿਵਸ ਨੂੰ ਕਹਿ ਰਹੇ ਹੋ ਜਿਹੜੇ ਆਲਰੇਡੀ ਇਟਲੀ ਜਾਂ ਕਿਸੇ ਹੋਰ ਸਪੇਨ ਦੇ ਵਿੱਚ ਗੱਲ ਕਰੀਏ ਆਪਾਂ ਇਟਲੀ ਦੀ ਗੱਲ ਕਰੀਏ ਜਰਮਨ ਦੀ ਗੱਲ ਕਰੀਏ ਉਹਨਾਂ ਦੀ ਤੁਸੀਂ ਮਿੰਤਾਂ ਦਰਲੇ ਕਰ ਰਹੇ ਹੋ ਪਿਛਲੇ 5-7 ਸਾਲ ਤੋਂ ਤੁਹਾਨੂੰ ਲਾਰੇ ਲਾਰੇ ਆ ਵੀ ਅਸੀਂ ਤੁਹਾਨੂੰ ਯੂਰਪ ਲੈ ਜਾਾਂਗੇ ਪੇਪਰ ਖ ਅੱਜ ਤੁਹਾਨੂੰ ਕਿਸੇ ਦੇ ਆਸਾਨ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਅੱਜ ਅਸੀਂ ਤੁਹਾਡਾ ਸੁਪਨਾ ਕਰਾਂਗੇ ਯੂਰਪ ਜਾਣ ਦਾ ਉਹ ਵੀ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਿਨਾ ਅਲਰਟਸ ਤੋਂ ਬਿਨਾ ਇੰਟਰਵਿਊ ਤੋਂ ਇੰਟਰਵਿਊ ਦੇਣ ਦੀ ਜ਼ਰੂਰਤ ਨਹੀਂ ਹੈ ਘਰੇ ਬੈਠੇ ਇੱਕ ਸਾਦਾ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ ਉਹ ਵੀ ਕੋਈ ਅਲਰਟਸ ਦੀ ਜ਼ਰੂਰਤ ਨਹੀਂ ਹੈ ਤੁਹਾਡਾ ਅਲਰਟਸ ਐਕਸਪਾਇਰ ਹੋ ਚੁੱਕਿਆ ਆ ਜਾਂ ਵਿਦਆਊਟ ਅਲਰਟਸ ਜਾਣਾ ਚਾਹੁੰਦੇ ਹੋ ਇੰਟਰਵਿਊ ਤੋਂ ਡਰਦੇ ਹੋ ਬਿਲਕੁਲ 100% ਗਾਰੰਟੀ ਦੇ ਸਕਦੇ ਹਾਂ ਜੀ ਕੋਈ ਇੰਟਰਵਿਊ ਨਹੀਂ ਆਏਗਾ ਅੱਜ ਦੇ ਟਾਈਮ 100% ਮੈਮ ਸੈਕਸ ਰੇਟ ਹੈਗਾ ਯੂਰਪ ਸਟੱਡੀ ਵੀਜ਼ਾ ਦਾ ਜੀ 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 ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਸਿਰਫ 1 ਸਾਲ ਦਾ ਮੈਮ ਜਿਹੜਾ ਖਰਚਾ ਹੈਗਾ ਜੀ ਉਹ 275000 ਤੋਂ ਸ਼ੁਰੂ ਹੋ ਜਾਂਦਾ ਆ ਆਲਮੋਸਟ ਸਾਰਾ ਖਰਚਾ ਪਾ ਕੇ ਆਪਾਂ ਦੇਖੀਏ ਸਾਢੇ 1-3 ਲੱਖ ਰੁਪਏ ਦੇ ਵਿੱਚ ਬੱਚਾ ਯੂਰਪ ਪੜਨ ਦੇ ਲਈ ਜਾ ਸਕਦਾ ਹੈ ਉਹ ਵੀ ਉਹਦੇ ਵਿੱਚ ਟੋਟਲ 1 ਸਾਲ ਦਾ ਖਰਚਾ ਆ ਇਹ ਨਹੀਂ ਇਹ ਵੀ ਤੁਹਾਨੂੰ 6 ਮਹੀਨੇ ਬਾਅਦ ਫਿਰ ਤੋਂ ਕੋਈ ਫੀਸ ਦੇਣੀ ਪਵੇਗੀ ਜੀ 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 ਬਹੁਤ ਹੀ ਵਧੀਆ ਓਪਰਚ्युनिटी ਹੈ ਜੀ ਅੱਜ ਦੇ ਟਾਈਮ ਜਿਹੜੇ ਬੱਚੇ ਯੂਰਪ ਸੈਟਲ ਹੋਣਾ ਚਾਹੁੰਦੇ ਨੇ ਤਿੰਨ ਤੋਂ 3.5 ਲੱਖ ਰੁਪਏ ਖਰਚ ਗਏ ਬਿਨਾ ਅਲਰਟਸ ਤੋਂ ਬਿਨਾ ਇੰਟਰਵਿਊ ਤੋਂ ਬਿਨਾ ਕੋਈ ਐਡਵਾਂਸ ਪੈਸਾ ਦਿੱਤੇ 1 ਰੁਪਿਆ ਵੀ ਐਡਵਾਂਸ ਦੇ ਵਿੱਚ ਦੇਣ ਦੀ ਜਰੂਰਤ ਨਹੀਂ ਸਾਰੀ ਫੀਸ ਤੁਸੀਂ ਉਸ ਦਿਨ ਦੇਣੀ ਹੈ ਜਦੋਂ ਤੁਹਾਡਾ ਵੀਜ਼ਾ ਅਪਰੂਵ ਹੋ ਜਾਏਗਾ ਜੀ 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 ਬਿਲਕੁਲ ਸੋ ਬਹੁਤ ਅੱਛੀ ਇਹ ਆਪਸ਼ਨ ਅਸੀਂ ਕਹਿ ਸਕਦੇ ਹਾਂ ਯੂਐਸਏ ਵੀ ਬਹੁਤ ਅੱਛੀ ਵਿਦਾਊਟ ਆਇਲਸ ਜੋ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਯੂਐਸਐਲਈ ਹਰ ਇੱਕ ਬੱਚਾ ਜੋ ਹੈ ਜ਼ਰੂਰ ਸਕਸੈਸਫੁਲ ਰਹਿ ਸਕਦਾ ਹੈ ਲੇਕਿਨ ਉਸ ਨੂੰ ਕੌਨਫੀਡੈਂਸ ਜੋ ਹੈ ਪੂਰਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਵੀ ਲਾਸਟ ਵਿੱਚ ਇੱਕ ਆਪਸ਼ਨ ਜਾਂਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਸੋ ਆਪਾਂ ਜਿਸ ਸ਼ੋਅ ਦੇ ਵਿੱਚ ਹਰ ਤਰ੍ਹਾਂ ਦੀ ਆਪਸ਼ਨ ਦੇ ਉੱਪਰ ਗੱਲ ਕੀਤੀ ਹੈ ਜੀ ਸਟੂਡੈਂਟਸ ਦੀ ਪਹਿਲੀ ਪ੍ਰੈਫਰੈਂਸ ਕੈਨੇਡਾ ਜਿੱਥੇ ਕਿ ਅੱچھے ਬੈਂਡ ਸਕੋਰ ਵੀ ਚਾਹੀਦਾ ਅੱਛੀ ਪਰਸੈਂਟੇਜ ਚਾਹੀਦੀ ਜਿਹੜੇ ਅੱچھے ਸਟੂਡੈਂਟਸ ਹੈ ਫਰੈਸ਼ ਫਾਈਲਸ ਨੇ ਜਿਨ੍ਹਾਂ ਦੀਆਂ ਉਹਨਾਂ ਦਾ ਸਕਸੈਸਫੁਲੀ ਬਹੁਤ ਅੱਛਾ ਜੋ ਹੈ ਇੱਥੇ ਸਕਸੈਸ ਰੇਟ ਰਿਹਾ ਹੈ ਉਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਬਾਰੇ ਵੀ ਗੱਲ ਕੀਤੀ ਹੈ ਜਿੱਥੇ ਅੱਜ ਦੇ ਸਮੇਂ ਵਿੱਚ ਸਟੂਡੈਂਟਸ ਲਈ ਬਹੁਤ ਅੱਛੀ ਆਪਸ਼ਨਸ ਨੇ ਤੇ ਬਹੁਤ ਜਲਦੀ ਵੀਜ਼ਾਸ ਲੱਗ ਰਹੇ ਨੇ ਆਪਾਂ ਯੂ ਐਸ ਏ ਬਾਰੇ ਵੀ ਗੱਲ ਕਰ ਲਈ ਕੰਪਲੀਟ ਆਪਾਂ ਹਰ ਤਰ੍ਹਾਂ ਦੇ ਸਟੂਡੈਂਟ ਦੇ ਲਈ ਜਾਣਕਾਰੀ ਇਸ ਸ਼ੋਅ ਦੇ ਵਿੱਚ ਦਿੱਤੀ ਹੈ ਤੇ ਤੁਸੀਂ ਹੋਰ ਵੀ ਕੁਝ ਜਾਣਨਾ ਚਾਹੁੰਦੇ ਹੋਵੋ ਤਾਂ ਬਾਰ ਬਾਰ ਜਿਵੇਂ ਮੈਂ ਕਹਿ ਰਹੀਆਂ ਸਕਰੀਨ ਤੇ ਲਗਾਤਾਰ ਨੰਬਰ ডিসਪਲੇਸ ਉੱਪਰ ਇੱਕ ਵਾਰੀ ਕਾਲ ਜ਼ਰੂਰ ਕਰੋ ਕਿਉਂਕਿ ਤੇ ਹਰ ਸਟੂਡੈਂਟ ਲਈ ਕੋਈ ਨਾ ਕੋਈ ਆਪਸ਼ਨ ਅਵੇਲੇਬਲ ਹੈ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਪ੍ਰੋਫਾਈਲ ਹੈ ਕਿਸ ਤਰ੍ਹਾਂ ਦੇ ਤੁਹਾਡੇ ਡਾਕੂਮੈਂਟਸ ਨੇ ਆ ਤੁਹਾਡਾ ਫਾਈਨੈਂਸ਼ੀਅਲੀ ਤੁਸੀਂ ਕਿਸ ਕਿੰਨਾ ਕੁ ਪੈਕੇਜ ਚਾਹੁੰਦੇ ਹੋ ਉਸ ਨੂੰ ਲੈ ਕੇ ਤੁਸੀਂ ਜੋ ਹੈ ਆਪਣੇ ਅਕੋਰਡਿੰਗਲੀ ਗੱਲ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ ਗਲੋਬਲ ਵੀਜ਼ਾ ਹੈਲਪਲਾਈਨ ਤੁਹਾਡੀ ਹਮੇਸ਼ਾ ਮਦਦ ਕਰੇਗਾ ਤੇ ਛੋਟਾ ਜਿਹਾ ਸੁਨੇਹਾ ਸਨੇਹਾ ਸ ਹੈ ਗਿਆ ਜੀ ਬਹੁਤ ਸਟੂਡੈਂਟਸ ਦੀ ਆਪਾਂ ਸਾਰਿਆਂ ਦੀ ਗੱਲ ਕਰ ਚੁੱਕੇ ਹਾਂ ਸਟੂਡੈਂਟਸ ਤੋਂ ਹਟ ਕੇ ਜਿਹੜੇ ਪੜ੍ਹਾਈ ਦੇ ਲਈ ਬਾਹਰ ਨਹੀਂ ਜਾਣਾ ਚਾਹੁੰਦੇ ਇੱਕ ਤਾਂ ਮਤਲਬ ਜਿਹੜੇ ਹੈਗੇ ਆ ਵੀ ਯੂ ਐਸ ਏ ਦਾ ਟੂਰਿਸਟ ਵੀਜ਼ਾ ਲਵਾਉਣਾ ਚਾਹੁੰਦੇ ਨੇ ਜਾਂ ਕੈਨੇਡਾ ਦਾ ਮਲਟੀਪਲ ਵੀਜ਼ਾ ਲਵਾਉਣਾ ਚਾਹੁੰਦੇ ਨੇ ਉਹਨਾਂ ਦੇ ਮੈਮ ਬਹੁਤ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀਗੇ ਵੀ ਕੈਨੇਡਾ ਦੇ ਮਲਟੀਪਲ ਵੀਜ਼ੇ ਜਾਂ ਅਮਰੀਕਾ ਦੇ ਮਲਟੀਪਲ ਵੀਜ਼ੇ ਹਲੇ ਬੰਦ ਨੇ ਹਲੇ ਨਹੀਂ ਪ੍ਰੋਸੈਸ ਹੋ ਰਹੇ ਹੈਗੇ ਇੱਕ ਤਰ੍ਹਾਂ ਦੀ ਲੌਬੀ ਹੈਗੀ ਜਿਨ੍ਹਾਂ ਦੇ ਬੱਚੇ ਬਾਹਰ ਪੜ੍ਹ ਰਹੇ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਜਾਣਾ ਚਾਹੁੰਦੇ ਨੇ ਕੁਝ ਲੋਕ ਇਦਾਂ ਹੈਗੇ ਜਿਹੜੇ ਘੁੰਮਣ ਫਿਰਨ ਦੇ ਲਈ ਜਾਣਾ ਚਾਹੁੰਦੇ ਨੇ ਸੋ ਤੁਹਾਡੀ ਵੇਟ ਜਿਹੜੀ ਹੈਗੀ ਉਹ ਖਤਮ ਹੋ ਗਈ ਹੈ ਜੀ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ਹੈ ਕੈਨੇਡਾ ਤੇ ਯੂਐਸਏ ਦਾ ਮਲਟੀਪਲ 10 ਸਾਲ ਤੱਕ ਦਾ ਮਲਟੀਪਲ ਟੂਰਿਸਟ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਚੰਡੀਗੜ੍ਹਸ ਆਫਿਸ ਦੇ ਵਿੱਚ ਪ੍ਰੋਸੈਸਿੰਗ ਜਿਹੜੀ ਹੈਗੀ ਉਹ ਸਟਾਰਟ ਹੋ ਗਈ ਆ ਕਿਸੇ ਵੀ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਵਾਲੇ ਦਿਨ ਸਾਨੂੰ ਚੰਡੀਗੜ੍ਹ ਆਫਿਸ ਮਿਲ ਸਕਦੇ ਹੋ ਆਪਣੇ ਟੂਰਿਸਟ ਮਲਟੀਪਲ ਵੀਜ਼ਾ ਦੇ ਫਾਈਲ ਸੰਬੰਧੀ ਤੋ ਤੁਹਾਡਾ ਖੇਤੀਬਾੜੀ ਕਰਦੇ ਹੋ ਇੱਥੇ ਜਾਂ ਕੋਈ ਹੋਰ ਛੋਟਾ ਮੋਟਾ ਕੰਮ ਕਰ ਹੈਗਾ ਘੱਟ ਜ਼ਮੀਨ ਹੈਗੀ ਆ ਵੱਧ ਫੰਡ ਦਿਖਾਉਣ ਨੂੰ ਨਹੀਂ ਹੈਗਾ ਕੋਈ ਜ਼ਿਆਦਾ ਇਨਕਮ ਨਹੀਂ ਹੈਗੀ ਯੂਐਸ ਤੇ ਅਤੇ ਕੈਨੇਡਾ ਦਾ ਮਲਟੀਪਲ ਟੂਰਿਸਟ ਵੀਜ਼ਾ ਇਕੱਲੇ ਆਪਣੇ ਪਰਿਵਾਰ ਸਮੇਤ ਜਾਂ ਫਿਰ ਆਪਣੇ ਦੋਸਤਾਂ ਦੇ ਨਾਲ ਅਪਲਾਈ ਕਰ ਸਕਦੇ ਹੋ ਹਾਈ ਵੀਜ਼ਾ ਸਫੈਕਸ ਰੇਟ ਆ ਜੀ ਯੂਐਸ ਜਾਣ ਵਾਲੇ ਜਿਹੜੇ ਹੈਗੇ ਮੈਂ ਟੂਰਿਸਟ ਵਾਲੇ ਜਿਹੜੇ ਹੈਗੇ ਆ ਉਹਨਾਂ ਲਈ ਮੈਂ ਆਪਸ਼ਨ ਹੈਗਾ ਵੀ ਇੰਗਲਿਸ਼ ਵੀ ਕੋਈ ਇੰਟਰਵਿਊ ਦੇਣ ਦੀ ਜ਼ਰੂਰਤ ਨਹੀਂ ਹੈਗੀ ਪੰਜਾਬੀ ਦੇ ਵਿੱਚ ਵੀ ਆਪਣਾ ਇੰਟਰਵਿਊ ਦੇ ਕੇ ਉਹ ਯੂਐਸਏ ਦਾ 10 ਸਾਲ ਦਾ ਮਲਟੀਪਲ ਟੂਰਿਸਟ ਵੀਜ਼ਾ ਲੈ ਸਕਦੇ ਆ ਜੀ ਜੇ ਤੁਹਾਡਾ ਉੱਥੇ ਰਿਸ਼ਤੇਦਾਰ ਕੋਈ ਨਹੀਂ ਹੈਗਾ ਕੋਈ ਸਪਾਂਸਰਸ਼ਿਪ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਜਾਂ ਕੈਨੇਡਾ ਕੋਈ ਮੇਲਾ ਦੇਖਣ ਦੇ ਲਈ ਜਾਣਾ ਚਾਹੁੰਦੇ ਹੋ ਜਾਂ ਹੋਰ ਕਿਸੇ ਚੀਜ਼ ਦੇ ਲਈ ਵਿਜ਼ਿਟ ਕਰਨਾ ਚਾਹੁੰਦੇ ਹੋ ਸਪਾਂਸਰਸ਼ਿਪ ਤੁਹਾਡੇ ਕੋਲ ਨਹੀਂ ਹੈਗੀ ਤਾਂ ਕੰਪਨੀ ਉਹਦੇ ਵਿੱਚ ਤੁਹਾਡੀ ਹੈਲਪ ਕਰ ਦੇਗੀ ਜੀ ਹਾਲ మోਸਟ ਕੋਈ ਵੀ ਤੁਸੀਂ ਜਿਹੜਾ ਹੈਗਾ ਟੂਰਿਸਟ ਵੀਜ਼ਾ ਦੀ ਫਾਈਲ ਤੇ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪਹਿਲਾਂ ਤੁਸੀਂ ਟੂਰਿਸਟ ਵੀਜ਼ਾ ਦੀ ਫਾਈਲ ਰਿਫਿਊਜ਼ ਕਰਾ ਚੁੱਕੇ ਹੋ ਤਾਂ ਚੰਡੀਗੜ੍ਹ ਆਫਿਸ ਸਾਨੂੰ ਤੁਸੀਂ ਮਿਲ ਕੇ ਆਪਣਾ ਟੂਰਿਸਟ ਵੀਜ਼ਾ ਸਵੀਕਾਰ ਕਰਾ ਸਕਦੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਅਹਿਮ ਜਾਣਕਾਰੀ ਸਾਡੇ ਸਾਰੇ ਦਰਸ਼ਕਾਂ ਤੱਕ ਪਹੁੰਚਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜੀ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੋਰ ਨੂੰ ਵੀ ਦਿਉ ਇਜਾਜ਼ਤ ਧੰਨਵਾਦ